ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇਸ ਗੱਲਬਾਤ ਦਾ ਵਿਸ਼ਾ ਹੈ ਕਿ ਜਿਹੜੀ ਫਿਲਮ ਇੱਕਾਰ ਹੀ ਦਾਸਤਾਨੇ ਸਰਹਿੰਦ ਉਸ ਫਿਲਮ ਦੇ ਵਿੱਚ ਛੋਟੇ ਸਹਿਬਜ਼ਾਦੇ ਜਿਹੜਾ ਕਿਰਦਾਰ ਹੈ ਉਹ ਕਾਰਟੂਨ ਰੂਪ ਦੇ ਵਿੱਚ ਫਿਰ ਦਿਖਾਇਆ ਗਿਆ ਪਹਿਲਾਂ ਜਿਹੜੀ ਫਿਲਮ ਚਾਰ ਸਹਿਬਜ਼ਾਦੇ ਆਈ ਸੀ ਉਸ ਕਤਾਈ ਨੂੰ ਜਦੋਂ ਦਾ ਕਾਮ ਨੇ ਪ੍ਰਵਾਨ ਕੀਤਾ ਵੀ ਕੋਈ ਗੁਰੂ ਸਾਹਿਬ ਦਾ ਜਿਹੜੇ ਸਹਿਬਜ਼ਾਦੇ ਨੇ ਗੁਰੂ ਪਰਿਵਾਰ ਹੈ ਜਾਂ ਜਿਹੜੇ ਹਜੂਰੀ ਸਿੱਖ ਨੇ ਜਾਂ ਸਿੱਖ ਸ਼ਹੀਦ ਨੇ ਉਹਨਾਂ ਦਾ ਜਦੋਂ ਫਿਲਮਾਂਕਣ ਕਰਦਾ ਹੈ ਕਾਰਟੂਨ ਰੂਪ ਦੇ ਵਿੱਚ ਜਾਂ ਵੈਸੇ ਉਸ ਦਾ ਜਿਹੜਾ ਸ਼੍ਰੋਮਣੀ ਕਮੇਟੀ ਦਾ 1934 ਦਾ ਮਤਾ ਇਸ ਗੱਲ ਦੇ ਵਿਰੋਧ ਚ ਹੈ ਕਿ ਇਹ ਸਾਰਾ ਕੁਝ ਨਹੀਂ ਹੋ ਸਕਦਾ ਪਰ ਜਿਹੜੇ ਫਿਲਮਾਂ ਬਣਾਉਣ ਵਾਲੇ ਨੇ ਇਹ बार-बार ਜਾਣ ਬੁੱਝ ਕੇ ਸਿੱਖਾਂ ਦਾ ਜਿਹੜਾ ਸਬਰ ਪਰਖਦੇ ਨੇ ਇਹ ਫਿਲਮ ਬਣਾ ਲੈਂਦੇ ਨੇ ਬਿਨਾਂ ਕਿਸੇ ਦੇ ਨਾਲ ਸਲਾਹ ਕੀਤੇ ਬਿਨਾਂ ਸਿੱਖਾਂ ਦੇ ਨਾਲ ਕੋਈ ਇਸ ਗੱਲਬਾਤ ਬਾਰੇ ਸਲਾਹ ਕੀਤੇ ਪਹਿਲੀ ਗੱਲ ਤੇ ਜਦੋਂ ਸਿੱਖਾਂ ਨੇ ਇਹ ਗੱਲ ਅਲਾਨੀਆਂ ਤੌਰ ਤੇ ਕਹੀ ਹੈ ਪੇ ਗੁਰੂ ਸਾਹਿਬਾਂ ਤੇ ਸ਼ਹੀਦਾਂ ਦੇ ਉੱਤੇ ਗੁਰੂ ਪਰਿਵਾਰ ਤੇ ਹਜੂਰੀ ਸਿੱਖਾਂ ਤੇ ਕੋਈ ਵੀ ਫਿਲਮ ਨਹੀਂ ਬਣ ਸਕਦੀ ਤੇ ਫਿਰ ਬਾਰ-ਬਾਰ ਸਿੱਖਾਂ ਨੂੰ ਇਸ ਗੱਲ ਦੇ ਉੱਤੇ ਪਰੇਸ਼ਾਨ ਕਰਨਾ ਚੰਗੀ ਗੱਲ ਨਹੀਂ ਦੇਖੋ ਸਿੱਖਾਂ ਦੇ ਵਿੱਚ ਜਿਹੜੀ ਪਰੰਪਰਾ ਹੈ ਕਿਉਂਕਿ ਬਹੁਤ ਲੋਕਾਂ ਦਾ ਇਹ ਤਰਕ ਹੈ ਵੀ ਜਿਹੜੇ ਬੱਚੇ ਨੇ ਸਾਡੇ ਉਹ ਇਹਨਾਂ ਫਿਲਮਾਂ ਨੂੰ ਵੇਖ ਕੇ ਗੁਰਸਿੱਖ ਬਣਨਗੇ ਜਾਂ ਸਿੱਖੀ ਜੀਵਨ ਗ੍ਰਹਿਣ ਕਰਨਗੇ ਇਹ ਗੱਲ ਬਿਲਕੁਲ ਝੂਠੀ ਹੈ ਕਿਉਂਕਿ ਸਿੱਖਾਂ ਦੇ ਵਿੱਚ ਸਾਖੀ ਦੀ ਪਰੰਪਰਾ ਤੇ ਹੈਗੀ ਹੈ ਮਹਾਰਾਜ ਦੇ ਬਚਨ ਨੇ ਗੁਰਸਾਖੀ ਅੰਤਰ ਜਾਗੀ ਤਾਂ ਚੰਚਲ ਮਤ ਤਿਆਗੀ ਗੁਰਸਾਖੀ ਕਾ ਜਿਆਰਾ ਤਾਂ ਮਿਟਿਆ ਸਗਲ ਅੰਧਾਰਾ ਇਹ ਜਿਹੜੇ ਬਚਨ ਨੇ ਬਿਜੜੀ ਸਾਖੀ ਹੈ ਉਹੋ ਹੀ ਜਿਹੜੀ ਆ ਮਰੁਖ ਦੀ ਜਿਹੜੀ ਚੰਚਲ ਮਤ ਹੈ ਇਹ ਚੰਚਲ ਮਤ ਹੁੰਦੀ ਹੈ ਵੀ ਅਸੀਂ ਬਾਰ ਬਾਰ ਤਜਰਬੇ ਐਕਸਪੈਰੀਮੈਂਟ ਕਰੀਏ ਗੁਰੂ ਸਾਹਿਬ ਦੇ ਉੱਤੇ ਫਿਲਮਾਂ ਬਣਾਈਏ ਕਦੀ ਕੋਸ਼ਿਸ਼ ਕਰੀਏ ਜਿਹੜੀ ਇਹ ਅੰਧਾਰਾ ਜਿਹੜਾ ਜੀਵਨ ਦੇ ਵਿੱਚ ਸਾਡੇ ਚ ਹੈਗਾ ਜਿਹੜਾ ਜੀਵਨ ਚ ਗੁਰੂ ਪ੍ਰਚਾਰ ਨਹੀਂ ਗੁਰਬਾਣੀ ਦਾ ਪ੍ਰਕਾਸ਼ ਨਹੀਂ ਉਹ ਉਦੋਂ ਮਿਟਣਾ ਜਦੋਂ ਅਸੀਂ ਸਾਖੀ ਪਰੰਪਰਾ ਨਾਲ ਜੁੜੇ ਗੁਰਬਾਣੀ ਪੜੀ ਸੋ ਅੱਜ ਜਿੰਨੇ ਵੀ ਸਿੱਖਾਂ ਦਾ ਇਹ ਕੰਸਰਨ ਹੈ ਆ ਕਿ ਸਾਡੇ ਬੱਚੇ ਸਿੱਖੀ ਨਾਲ ਕਿਵੇਂ ਜੁੜਨਗੇ ਕਿਉਂਕਿ ਆਪਣੀ ਜ਼ਿੰਦਗੀ ਉਹਨਾਂ ਦੀ ਬਹੁਤ ਜ਼ਿਆਦਾ ਰਜੇਵੇਂ ਵਾਲੀ ਹੈ ਉਹ ਆਪਣੇ ਬੱਚੇ ਨੂੰ ਬਿਲਕੁਲ ਸਮਾਂ ਨਹੀਂ ਦਿੰਦੇ ਤੇ ਉਹਨਾਂ ਨੂੰ ਲੱਗਦਾ ਵੀ ਕੋਈ ਐਸਾ ਬੰਦਾ ਜਿਹਨੂੰ ਗੁਰਸਿੱਖੀ ਦਾ ਬਿਲਕੁਲ ਪਤਾ ਨਹੀਂ ਜਿਹਨੂੰ ਸਿਧਾਂਤ ਦਾ ਪਤਾ ਨਹੀਂ ਗੁਰਮਰਯਾਦਾ ਦਾ ਪਤਾ ਨਹੀਂ ਉਹ 4 ਪੈਸੇ ਲਾ ਕੇ ਫਿਲਮ ਬਣਾ ਦਿੰਦਾ ਉਸ ਫਿਲਮ ਦੇ ਵਿੱਚ ਪਹਿਲਾਂ ਬੰਦਿਆਂ ਦੇ ਕੋਲੋਂ ਬੱਚਿਆਂ ਦੇ ਕੋਲੋਂ ਇੱਕ ਕਰਮੇ ਪਾਪ ਕਰਾਇਆ ਜਾਂਦਾ ਹੈ ਵੀ ਉਹ ਸਹਿਬਜ਼ਾਦੀਆਂ ਦਾ ਰੋਲ ਅਦਾ ਕਰਦੇ ਨੇ ਔਰ ਉਸ ਤੋਂ ਬਾਅਦ ਚ ਕਾਰਟੂਨ ਨੂੰਮਾ ਚਿਹਰਾ ਲਾ ਕੇ ਤੇ ਸਾਬਜਾਦਿਆਂ ਦੀ ਵੀ ਅਦਵੀ ਕੀਤੀ ਜਾਂਦੀ ਹੈ ਇਹ ਜਿਹੜੀ ਫਿਲਮ ਆ ਰਹੀ ਹੈ ਸ਼੍ਰੋਮਣੀ ਕਮੇਟੀ ਨੇ ਵੀ ਇਸ ਗੱਲ ਦੇ ਉੱਤੇ ਆਪਣਾ ਪੱਖ ਸਪਸ਼ਟ ਕੀਤਾ ਵੀ ਉਹਨਾਂ ਕਿਸੇ ਚੀਜ਼ ਨੂੰ ਪ੍ਰਵਾਨਗੀ ਨਹੀਂ ਦਿੱਤੀ ਕਿਉਂਕਿ ਉਹ ਆਪਣੇ ਮਤ ਦੇ ਉਲਟ ਜਾ ਕੇ ਪ੍ਰਵਾਨਗੀ ਦੇ ਵੀ ਨਹੀਂ ਸਕਦੇ ਸੋ ਸਿੱਖ ਜਗਤ ਨੂੰ ਚਾਹੀਦਾ ਹੈ ਕਿ ਇਸ ਫਿਲਮ ਦਾ ਵੱਤ ਵਤ ਵਿਰੋਧ ਕਰੋ ਤੇ ਅੱਗੇ ਤੋਂ ਜਿਹੜੇ ਫਿਲਮਾਂ ਬਣਾਉਣ ਵਾਲੇ ਨੇ ਉਹਨਾਂ ਨੂੰ ਇਹ ਬੇਨਤੀ ਹੈ ਕਿ ਤੁਸੀਂ ਇਹੋ ਜਿਹੀਆਂ ਫਿਲਮਾਂ ਨਾ ਬਣਾਓ ਜਿਹਦਾ ਬਾਅਦ ਵਿੱਚ ਸਿੱਖਾਂ ਨੂੰ ਵਿਰੋਧ ਕਰਨਾ ਪਵੇ ਸਾਡੀ ਸਾਰੀ ਕੌਮ ਦੀ ਊਰਜਾ ਇਸ ਗੱਲ ਦੇ ਵਿੱਚ ਵਿਰਥ ਜਾ ਰਹੀ ਹੈ ਵੀ ਤੁਸੀਂ ਫਿਲਮ ਬਣਾ ਦਿੰਦੇ ਜੋ ਜਿਹੜੀ ਗੁਰਮਰਿਆਦਾ ਦੇ ਉਲਟ ਹੁੰਦੀ ਆ ਸਿੱਖ ਸਿਧਾਂਤ ਦੇ ਉਲਟ ਹੁੰਦੀ ਅਨੁਕੂਲ ਨਹੀਂ ਹੁੰਦੀ ਤੇ ਸਿੱਖਾਂ ਨੂੰ ਵਿਰੋਧ ਕਰਨਾ ਪੈਂਦਾ ਕਿਉਂਕਿ ਸਿੱਖਾਂ ਦੀ ਹਕੂਮਤ ਨਹੀਂ ਜਿਨ੍ਹਾਂ ਦੀ ਹਕੂਮਤ ਹੈ ਪਿੱਛੇ ਜੇ ਇੱਕ ਕਾਲੀ ਫਿਲਮ ਬਣੀ ਸੀ ਕੈਨੇਡਾ ਦੇ ਵਿੱਚ ਔਰ ਉਸ ਤੇ ਹਿੰਦੁਸਤਾਨ ਦੀ ਹਕੂਮਤ ਨੇ ਹਿੰਦੁਸਤਾਨ ਤੋਂ ਬਾਹਰ ਕੈਨੇਡਾ ਦੇ ਵਿੱਚ ਉਹ ਫਿਲਮ ਤੇ ਰੋਕ ਲਗਵਾਤੀ ਸੀ ਮਿਨਿਸਟਰੀ ਨੇ ਉੱਥੇ ਉਹਨਾਂ ਨੂੰ ਤੇ ਨਾਲ ਮਾਫੀ ਵੀ ਮੰਗਵਾਈ ਸੀ ਇਹ ਰਾਜਭਾਗ ਦੀ ਗੱਲ ਹੈ ਸਾਡੇ ਕੋਲ ਹੈ ਨਹੀਂ ਉਹਨਾਂ ਕੋਲ ਹੈਗਾ ਸਾਡੇ ਕੋਲ ਨਾ ਹੋਣ ਕਰਕੇ ਜਿਹੜੀ ਚੀਜ਼ ਸਾਡੀ ਗੁਰਮਤਿ ਅਦਾ ਦੇ ਉਲਟ ਹੈ ਉਹ ਅੱਜ ਸ਼ਰੀਆਮ ਸਿਨੇਮਾ 'ਚ ਚੱਲਣ ਜਾ ਰਹੀ ਹੈ ਤੇ ਸਾਡਾ ਜਿਹੜਾ ਵਿਰੋਧ ਆ ਉਹ ਉਸ ਵਿਰੋਧ ਨੂੰ ਮੰਨਦੇ ਨਹੀਂ ਸਗੋਂ ਸਿੱਖਾਂ ਨੂੰ ਬਾਰ-ਬਾਰ ਇਹ ਚੜਾਉਂਦੇ ਨੇ ਵੀ ਉਹ ਬਾਰ-ਬਾਰ ਫਿਲਮਾਂ ਬਣਾਉਂਦੇ ਨੇ ਇਸ ਇੱਕ ਬਾਰ ਬਾਰ ਵਿਰੋਧ ਕਰਦੇ ਨੇ ਸੰਗਤਾਂ ਨੂੰ ਅਪੀਲ ਹੈ ਵੀ ਤੁਸੀਂ ਵੱਧ ਤੋਂ ਵੱਧ ਇਸ ਫਿਲਮ ਦਾ ਵਿਰੋਧ ਕਰੋ ਇਹ ਫਿਲਮ ਨਹੀਂ ਚੱਲਣੀ ਚਾਹੀਦੀ ਕਿਉਂਕਿ ਪੰਜਾਬ ਦੀ ਧਰਤੀ ਉੱਤੇ ਜਾਂ ਕਿਸੇ ਵੀ ਦੁਨੀਆ ਦੀ ਧਰਤੀ ਦੇ ਉੱਤੇ ਜਿਹੜੀਆਂ ਗੁਰ ਮਰਿਆਦਾ ਦੇ ਉਲਟ ਫਿਲਮਾਂ ਨੇ ਜਾਂ ਸਿੱਖੀ ਦੇ ਉਲਟ ਜਿਹੜਾ ਪ੍ਰਚਾਰ ਹੈ ਉਹ ਨਹੀਂ ਹੋਣਾ ਚਾਹੀਦਾ ਇੰਨੀਆਂ ਕ ਬੇਨਤੀਆਂ ਲਖੇਮਾ ਦਾ ਜਾਚੀਗਾ ਜੀ ਗੱਜ ਕੇ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ